ਕੋਰੋਨਾ ਵਾਇਰਸ ਜੀ ਭਿਆਨਕ ਬਿਮਾਰੀ ਨੇ ਪੰਜਾਬ ਦੇ ਲੋਕਾਂ ਨੂੰ ਇਸਦੇ ਡਰ ਹੇਠ ਜੀਣ ਲਈ ਮਜਬੂਰ ਕਰ ਦਿੱਤਾ ਹੈ। ਉੱਥੇ ਹੀ ਲੋਕਾਂ ਵੱਲੋਂ ਪੁਲਿਸ ਨੂੰ ਵੀ ਕਰਫਿਊ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ। ਅਜਿਹੀ ਇੱਕ ਮਿਸਾਲ ਬਰਨਾਲਾ ਦੇ ਧਨੌਲਾ ਖੁਰਦ ਦੀ ਦੇਖਣ ਨੂੰ ਮਿਲੀ, ਜਿੱਥੇ ਕਿ ਪਿੰਡ ਦੀ ਪੰਚਾਇਤ ਨੇ ਬਰਨਾਲਾ ਪੁਲਿਸ ਨਾਲ ਮਿਲ ਕੇ ਪਿੰਡ ਵਿੱਚ ਨਾਕਾ ਲਾਇਆ ਅਤੇ ਧਨੌਲਾ ਖੁਰਦ ਦੀ ਪੰਚਾਇਤ ਨੇ ਬਰਨਾਲਾ ਦੇ SSP ਸੰਦੀਪ ਗੋਇਲ ਦਾ ਧੰਨਵਾਦ ਕੀਤਾ ਕਿ ਉਹਨਾਂ ਵੱਲੋਂ ਜੋ ਮੁਲਾਜ਼ਮ ਇਸ ਪਿੰਡ ਵਿੱਚ ਲਗਾਏ ਗਏ ਹਨ ਉਹ ਆਪਣੀ ਡਿਊਟੀ ਬਖੂਬੀ ਨਿਭਾ ਰਹੇ ਹਨ। ਸਰ, ਜਿਹੜੇ ਅੱਜ ਇਹ ਪਿੰਡਾਂ ਦੇ ਵਿੱਚ ਪੰਚਾਇਤਾਂ ਕੰਨਿਓ ਨਾਕੇ ਲਾਏ ਗਏ ਨੇ, ਇਹਨਾਂ ਦਾ ਖਾਸ ਕੀ ਆਪਾਂ ਨੂੰ ਰਿਸਪੋਂਸ ਲੱਗ ਰਿਹਾ ਹੈਗਾ ਜੀ? ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਜਿਹੜਾ ਕਰਫਿਊ ਲਾਇਆ ਗਿਆ ਇਹਦੇ ਦੌਰਾਨ ਇਹ ਨਾਕੇ ਲਾਏ ਗਏ ਆ, ਔਰ ਸਾਡੇ SSP ਸਾਹਿਬ ਦੀ ਹਦਾਇਤਾਂ ਅਨੁਸਾਰ ਸਾਡੀ ਡਿਊਟੀ ਲੱਗੀ ਵੀ ਹੈ ਬਕਾਇਦਾ ਪਿੰਡਾਂ ਦੇ ਵਿੱਚ ਚੱਕਰ ਮਾਰਨ ਦੀ, ਔਰ ਖਾਸ ਕਰ ਧਨੌਲੇ ਖੁਰਦ ਦੇ ਵਿੱਚ ਪ੍ਰੋਪਰ ਪੰਚਾਇਤ ਦੇ ਕਾਨੂੰਨ ਦੇ ਨਾਲ ਇਹ ਨਾਕੇ ਲੱਗੇ ਆ, ਔਰ ਪੰਚਾਇਤ ਵਧੀਆ ਕੰਮ ਕਰ ਰਹੀ ਹੈ। ਬਸ ਧੰਨਵਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਸਰਕਾਰ ਵੱਲੋਂ ਜੋ ਕੋਰੋਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਪਿੰਡ ਸੀਲ ਕੀਤੇ ਗਏ ਹਨ, ਇਸ ਸੰਬੰਧੀ ਸਾਡੀ ਨਗਰ ਦੀ ਪੰਚਾਇਤ ਵੱਲੋਂ ਵੀ ਸਾਡਾ ਪਿੰਡ ਆਪ ਸੀਲ ਕੀਤਾ ਹੋਇਆ, ਜਿਨ੍ਹਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਮੇਰੇ ਨਾਲ ਖੜ੍ਹੇ ਸਰਪੰਚ ਗੁਰਜੀਤ ਸਿੰਘ ਅਤੇ ਪੰਚ ਹਰਬੰਸ ਸਿੰਘ ਜਗਤਾਸ ਆ, ਅਤੇ ਨਾਲ ਹੀ ਮੈਂ SSP ਸਾਹਿਬ ਬਰਨਾਲਾ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ASI ਸਤਵਿੰਦਰ ਸਿੰਘ ਦਾ ਸਾਡੇ ਪਿੰਡ ਵਿੱਚ ਡਿਊਟੀ ਲਾਈ ਆ, ਜੋ ਸਮੇਂ ਸਮੇਂ 'ਤੇ ਸਾਡੀ ਗੱਲਬਾਤ ਸੁਣਦੇ ਨੇ, ਪਿੰਡ ਦੇ ਚੱਕਰ ਮਾਰਦੇ ਨੇ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂਗੇ ਜੋ ਪਿੰਡ ਦੀ ਨਿਗਰਾਨੀ ਕਰਦੇ ਨੇ। ਬਹੁਤ ਬਹੁਤ ਧੰਨਵਾਦ ਜੀ। ਧਨੌਲਾ ਖੁਰਦ ਤੋਂ ਅਵਤਾਰ ਸਿੰਘ ਕਾਕਾ ਦੀ ਰਿਪੋਰਟ, KDT News TV ਬਰਨਾਲਾ।